ਓਕੇ ਆ ਮੈਨੂੰ ਬਹੁਤ ਬੰਦਿਆਂ ਨੇ ਕੁਐਸਚਨ ਪੁੱਛਿਆ, ਕਹਿੰਦੇ ਸੀਰੀਅਸ ਕੁਐਸਚਨ, ਕਹਿੰਦੇ ਮਾਂ ਬੋਲਦੀ ਅਫੀਸ਼ਲੀ ਕਿਉਂ ਨਹੀਂ ਰਿਲੀਜ਼ ਹੋਇਆ? ਮੈਂ ਨਾ ਇੱਕ ਯਾਰ, ਚਲੋ ਅੱਜ ਮੈਂ ਕਈ ਦਿਨ ਇੱਕ ਮੈਂ ਲਾਈਵ ਵੀ ਦੇਖਿਆ ਸੀ ਬਾਈ, ਆਪਣੇ ਕੋਈ ਵੀਰ ਭਰਾ ਸੀਗੇ, ਦੋ ਜਣੇ ਬੈਠੇ ਗੱਲਾਂ ਕਰ ਰਹੇ ਸੀਗੇ ਵੀ ਬਾਈ ਯਾਰ ਆਏ ਹੋਇਆ ਆਏ ਹੋਇਆ ਵੀ ਕਰਨੇ ਹੋਣੀ, ਜਿਵੇਂ ਬਾਈ ਤਾਂ ਐਂਗਲ ਕਰ ਰਹੇ ਜਿਵੇਂ ਮੈਨੂੰ ਬਹੁਤ ਚਿਰ ਦਾ ਜਾਣਦਾ ਹੁੰਦਾ, ਵੀ ਬਹੁਤ ਚਿਰ ਦਾ ਜਾਣਦਾ ਹੁੰਦਾ, ਜਿੱਦਾਂ ਮੈਂ ਸ਼ੁਰੂ ਤੋਂ ਮੈਂ ਸਕੂਲ ਵੀ ਬਾਈ ਨਾਲ ਗਿਆ ਹੁੰਦਾ। ਚਲੋ ਕੋਈ ਹਾਂਜੀ ਡਿਸਰਿਸਪੈਕਟ ਨਹੀਂ ਹੈਗੀ, ਪਰ ਰਾਏ ਤੁਹਾਨੂੰ ਕਿਵੇਂ ਯਾਰ ਪਤਾ ਵੀ ਕਿਉਂ ਨਹੀਂ ਕੀ ਹੋਇਆ, ਜਾਂ ਇਹਨਾਂ ਨੇ ਬਾਈ ਅਫੀਸ਼ੀਅਲੀ ਨਹੀਂ ਛੱਡਿਆ ਵੀ ਯਾਰ ਇਹਨਾਂ ਨੇ ਕਹੇ ਗੱਲੇ? ਉਹ ਬਾਈ ਯਾਰ ਤੁਹਾਨੂੰ ਹੁਣ ਅਸੀਂ ਬਹਿ ਕੇ ਦੱਸੀਏ ਵੀਰ ਵੀ ਕੀ ਹੋਇਆ ਕੀ ਨਹੀਂ ਹੋਇਆ, ਅਸੀਂ ਨਹੀਂ ਆਪਦੇ ਚੈਨਲ ਤੇ ਪਾਏ, ਜੇ ਆਪਦੇ ਚੈਨਲ ਤੇ ਪਾਉਂਦੇ ਫਿਰ ਤੁਸੀਂ ਕਹਿਣਾ ਇਹਨਾਂ ਨੇ ਕਮਾਈ ਕਰਨ ਨੂੰ ਪਾਗਾ। ਉਹ ਦੋਨੇ ਤੂੰ ਹੀ ਆਪਣੇ ਯਾਰ ਮਤਲਬ ਛੱਡਦੇ ਰਹਿੰਦੇ ਬਾਈ ਯਾਰ, ਕੋਈ ਚੱਕਰ ਨਹੀਂ, ਤੁਸੀਂ ਭਰਾ ਹੋ ਵੀਰੇ ਯਾਰ, ਪਰ ਐ ਨਾ ਨਾ ਯਾਰ ਕਰਿਆ ਸਾੜਨ ਕਰੋ, ਨੂੰ ਜੇ ਮਿਲਿਆ ਕੋਈ ਨਹੀਂ ਬੰਦਾ ਹੁੰਦਾ। ਯਾਰ ਹਰੇਕ ਬੰਦਾ ਬਾਈ ਫੁੱਦੂ ਹੀ ਥੋੜੀ ਹੁੰਦਾ ਯਾਰ, ਯਾਰ ਹੁਣ ਕਈ ਬੰਦਾ ਦਿਲੋਂ ਵੀ ਕਰ ਦਿੰਦੇ ਆ ਬਾਈ। ਤੁਸੀਂ ਜਾ ਕੇ ਵੀਰ ਪੁੱਛਿਓ ਨਾ, ਜੇ ਤੁਹਾਡੇ ਇੰਨੀ ਲਿੰਕ ਨੇ, ਤੁਸੀਂ ਘਰਦਿਆਂ ਨੂੰ ਇੱਕ ਵਾਰੀ ਜਾ ਕੇ ਪੁੱਛਿਓ ਬਾਈ, ਸਭ ਤੋਂ ਪਹਿਲਾਂ ਮੈਂ ਗਾਣਾ ਘਰੇ ਭੇਜਿਆ ਸੀ, ਠੀਕ ਆ, ਤੇ ਉੱਥੇ ਹੀ ਬੰਦੇ ਸੀਗੇ ਜਿਨ੍ਹਾਂ ਦੇ ਕੋਲ ਗਾਣਾ ਸੀਗਾ, ਉੱਥੋਂ ਹੀ ਨਹੀਂ ਮੈਨੂੰ ਪਤਾ ਕਿਹਨੇ ਬਾਈ ਛੱਡਿਆ ਕਿਹਨੇ ਨਹੀਂ। ਵਾਰੀ ਵਾਰੀ ਯਾਰ ਗੱਲਾਂ ਆਪਾਂ ਨਹੀਂ ਇੰਨਾ ਡੀਪ ਜਾਣਾ ਚਾਹੁੰਦੇ ਹੁੰਦੇ, ਪਰ ਤੁਸੀਂ ਇੱਕ ਵਾਰੀ ਮੇਰਾ ਵੀਰ, ਤੁਸੀਂ ਇੰਨੇ ਪਤਾ ਨਹੀਂ ਤੁਸੀਂ ਕਜ਼ਨ ਹੋ ਬਾਈ ਦੇ, ਪਤਾ ਨਹੀਂ ਤੁਸੀਂ ਉਦਾਂ ਫਰੈਂਡ ਹੋ, ਤੁਹਾਨੂੰ ਇੰਨੀ ਜਾਣਕਾਰੀ ਹੈ, ਤੁਸੀਂ ਇੱਕ ਵਾਰੀ ਮਾੜਾ ਜਿਹਾ ਘਰੇ ਵੀ ਫੋਨ ਲਾ ਕੇ ਪੁੱਛ ਲਿਓ ਉੱਥੇ ਵੀ ਬਾਈ ਜੀ ਵੀ ਕਰਨੇ ਗਾਣਾ ਸਭ ਤੋਂ ਪਹਿਲਾਂ ਇੱਥੇ ਭੇਜਿਆ ਸੀ, ਤੁਸੀਂ ਪੁੱਛ ਲਿਓ ਵੀਰ ਇੱਕ ਵਾਰੀ, ਮਿਹਰਬਾਨੀ ਕਰਿਓ ਪਲੀਜ਼ ਪੁੱਛਿਓ। ਕਈ ਗੱਲਾਂ ਬਾਈ ਸੱਚੀ ਦਿਲ ਤੋਂ ਵੀ ਹੁੰਦੀਆਂ ਨੇ, ਹਰੇਕ ਚੀਜ਼ 'ਚ ਸਾਲੀ ਸਿਸਟਮ ਹੀ ਥੋੜੀ ਆ ਵੀ ਯਾਰ, ਉਹੀ ਛੱਡਦੀ ਰਹਿੰਦੀ ਯਾਰ ਜਨਤਾ। ਵੀਰੇ ਯਾਰ ਆਪਦਾ ਵੀਰੇ ਯਾਰ ਤੁਸੀਂ ਦੇਖੋ ਭਰਾ, ਤੁਸੀਂ ਯਾਰ ਸਹੀ ਆ, ਸਾਰਿਆਂ ਨੂੰ ਧੋਖਾ ਬਾਈ, ਹਰੇਕ ਬੰਦਾ ਕੋਈ ਹੁੰਦੇ ਆ ਕਈ 100 ਚੋਂ 20%, ਪਰ ਕਿਸੇ ਬੰਦੇ ਨੂੰ ਦਿਲੋਂ ਵੀ ਹੋ ਸਕਦਾ ਯਾਰ, ਤੁਹਾਨੂੰ ਕਿਵੇਂ ਪਤਾ ਵੀ ਨਹੀਂ ਹੈਗਾ ਯਾਰ? ਤੁਸੀਂ ਮੈਨੂੰ ਦੱਸੋ, ਜੇ ਤੁਸੀਂ ਕਹਿ ਰਹੇ ਹੋ ਵੀ ਦਿਲੋਂ ਨਹੀਂ ਆ, ਪਰ ਅਸੀਂ ਕਹਿ ਰਹੇ ਹਾਂ ਵੀ ਦਿਲੋਂ ਆ, ਇਹ ਤਾਂ ਯਾਰ ਗੱਲ ਫਿਰ ਜਿੱਥੇ ਤੱਕ ਮਰਜ਼ੀ ਲੈ ਜਾ ਬਾਈ। ਮੇਰਾ ਤਾਂ ਜੀ ਕਰੇ ਮੈਂ ਤੁਹਾਡੇ ਨਾਲ ਬਾਈ ਲਾਈਵ ਤੇ ਆਵਾਂ, ਪਰ ਮੇਰੀ ਨੇ ਕਾਤ ਨਹੀਂ ਭਰਾ, ਮੈਂ ਤੁਹਾਡੇ ਨਾਲ ਲਾਈਵ ਤੇ ਉੱਤੇ ਆਵਾਂ, ਤੁਸੀਂ ਵੱਡੇ ਬੰਦੇ ਹੋ ਵੀਰ, ਵੀ ਤੁਹਾਨੂੰ ਲਾਈਵ ਤੇ ਆ ਕੇ ਮੈਂ ਤੁਹਾਡਾ ਤੁਹਾਡੇ ਕੁਐਸਚਨ ਦਾ ਆਨਸਰ ਦਵਾਂ। ਮੇਰੇ ਬਹੁਤ ਚਿਰ ਦੀ ਗੱਲ ਰੜਕਦੀ ਸੀ, ਮੈਂ ਕਿਹਾ ਕਾਹਨੂੰ ਯਾਰ ਮੈਂ ਇਦਾਂ ਦਾ ਬੰਦਾ ਨਹੀਂ ਹੈਗਾ ਨਾ ਵੀ, ਪਰ ਕੋਈ ਵੀ ਆ ਕੇ ਕਹਿ ਹੁੰਦਾ ਯਾਰ ਵੀ ਕਰਨੇ, ਉਹਨਾਂ ਨੇ ਬਾਈ ਗਾਣਾ ਨਹੀਂ ਯਾਰ, ਐਂ ਯਾਰ ਗੱਲਾਂ ਕਰ ਰਹੇ ਬੰਦੇ ਮੇਰੇ ਨਾਲ ਸਕੂਲੇ ਗਏ ਹੁੰਦੇ ਆ ਯਾਰ, ਵੀ ਉਹਨਾਂ ਨੇ ਐਂ ਸਕੀਮ ਬਣਾਈ ਤੇ ਐਂ ਕੀਤਾ, ਵੀ ਤੁਸੀਂ ਤਾਂ ਐਂ ਕਰੀ ਜਾਂਦੇ ਯਾਰ ਜਿਵੇਂ ਤੁਹਾਡੇ ਕੋਲ ਰਿਕਾਰਡ ਪਿਆ ਹੁੰਦਾ ਯਾਰ, ਵੀ ਐਂ ਹਿਸਾਬ ਕਿਤਾਬ ਚੱਲਿਆ ਵੀ ਯਾਰ, ਵੀ ਤੁਹਾਡੇ ਕੋਲ ਤਾਂ ਪੂਰੀ ਰਿਪੋਰਟ ਪਈ ਆ ਯਾਰ, ਵੀ ਤੁਹਾਨੂੰ ਤਾਂ ਸਾਰਾ ਕੁਝ ਪਤਾ ਵੀ ਅਸੀਂ ਉਹ ਪਾਗਲ ਬੈਠੇ, ਸਾਨੂੰ ਤਾਂ ਕੋਈ ਪਤਾ ਹੀ ਨਹੀਂ। ਚਲੋ ਕੋਈ ਗੱਲ ਨਹੀਂ, ਛੱਡੋ ਗੁੱਸੇ ਨੂੰ ਯਾਰ, ਤੜਕੇ ਤੜਕੇ ਐਵੇਂ ਮੇਰੇ ਗੱਲਾਂ ਕਿਹੜੀ ਚੇਤੇ ਆ ਜਾਂਦੀਆਂ ਨੇ, ਪਰ ਗਲਤ ਗੱਲ ਆ ਯਾਰ, ਐਂ ਨਾ ਵੀਰੇ ਕਰਿਆ ਕਰੋ ਯਾਰ, ਕੋਈ ਐਂ ਯਾਰ ਕੁਐਸਚਨ ਆ ਵੀ ਹਾਂ ਯਾਰ ਬਾਈ ਤੁਸੀਂ ਨੰਬਰ ਲੱਭ ਕੇ ਫੋਨ ਲਾ ਲਓ ਵੀ ਬਾਈ ਯਾਰ ਵੀ ਆਹ ਗਾਣਾ ਤੁਸੀਂ ਯਾਰ ਵੀ ਐਂ ਕਿਉਂ ਨਹੀਂ ਛੱਡਿਆ ਤੁਸੀਂ ਯਾਰ, ਲੀਕ ਕੀਤਾ ਬਾਈ ਗਾਣਾ, ਤੂੰ ਪੁੱਛ ਲੈ ਬਾਈ, ਮੈਂ ਤੈਨੂੰ ਸੱਚ ਦੱਸ ਦੇਊਂਗਾ ਯਾਰ, ਵੀ ਨਹੀਂ ਬਾਈ ਐਂ ਚੱਕਰ ਕਰਕੇ ਯਾਰ ਕਿਸੇ ਨੂੰ ਭੇਜਿਆ ਹੀ, ਖਬਰਾਂ ਕੀ ਨੇ ਪਤਾ। ਨਹੀਂ ਪਰ ਗਾਣਾ ਹਾਂ ਸੁਣ ਸੁਣ ਤੱਕ ਮਤਲਬ ਨਾਲੇ, ਸਗੋਂ ਮੈਂ ਤਾਂ ਵਧੀਆ ਚੀਜ਼ ਨਹੀਂ ਕੀਤੀ, ਉਹਦੇ ਚੱਤ ਨਹੀਂ ਪਾਇਆ ਵੀ ਕਿਸੇ ਨੂੰ ਆਇਆ ਨਾ ਲੱਗੇ ਵੀ ਮੈਂ ਕਿਤੇ ਪੈਸੇ ਤੋਂ ਯਾਰ ਮੈਂ ਮੋਨੇਟਾਈਜ਼ ਕਰਕੇ ਪੈਸੇ। ਹਾਂ ਯਾਰ ਦੱਸੋ ਯਾਰ, ਤੁਸੀਂ ਯਾਰ ਕਿਸੇ ਪਾਸੇ ਨਹੀਂ ਯਾਰ ਬੰਦੇ ਨੂੰ ਟਿਕਣ ਦਿੰਦੇ ਯਾਰ, ਸੱਚੀ ਯਾਰ ਕਹਿੰਦਾ ਲੋਕੀ ਮਾਰਦੇ ਆ ਗੱਲਾਂ ਹੋ ਜਾਵੇਗਾ।